ਕੱਲ ਹਮ ਨਹਾਣੇ ਲਗੇ ਹੈ, ਇਸਕੇ ਬਾਅਦ ਹਮਨੇ ਮੁੰਜੀ ਲਗਾਨੀ ਹੈ। ਯੇ ਸਭ ਮੇਰੇ ਵੰਡਾਰੇ ਹੈ, ਇਹ ਛੋਟੇ ਛੋਟੇ ਬੱਚੇ ਮੇਰੇ ਸਾਥ ਹੈ। ਅੰਦਰੀਬ, ਜ਼ੈਨ, ਅਹਿਮਦ, ਨੀਰਬ, ਯੇ ਸਭ ਮੇਰੇ ਵੰਡਾਰੇ ਹੈ। ਇਧਰ ਹਮਨੇ ਨਹਾਣਾ ਹੈ, ਇਸਕੇ ਬਾਅਦ ਹਮਨੇ ਮੁੰਜੀ ਲਗਾਨੇ ਜਾਣਾ। ਅਸਲ ਮੈਂ ਹਮਨੇ ਯੇ ਦੋ ਕਨਾਲ ਮੁੰਜੀ ਲਗਾਨੀ ਹੈ, ਔਰ ਇਸਕੇ ਬਾਅਦ ਦੋ ਏਕੜ ਲਗਾਨੀ ਹੈ। ਅਗਰ ਹਮਨੇ ਯੇ ਦੋ ਕਨਾਲ ਮੁੰਜੀ ਆਜ ਲਗਾ ਲੀ ਤੋ ਯੇ ਦੋ ਏਕੜ ਜੋ ਬਾਅਦ ਮੈਂ ਲਗਾਨੀ ਹੈ ਯੇ ਕੋਈ ਮੁਸ਼ਕਲ ਕਾਮ ਨਹੀਂ। ਯੇ ਚਾਰ ਪੰਜ ਬੰਦੇ ਹੈ, ਛੋਟੇ ਛੋਟੇ ਬੱਚੇ ਔਰ ਤੀਨ ਸਮਝ ਲਓ ਬੜੇ ਹੈ ਬੱਚੋਂ ਵਾਲੇ। ਹਮ ਅਬ ਲਗਨੇ ਲੱਗੇ ਹੈ ਮੁੰਜੀ ਕੋ, ਸ਼ੁਰੂ ਹੋਣੇ ਲੱਗੇ ਹੈ। ਇਨਸ਼ਾ ਅੱਲਾਹ ਤਾਲਾ ਆਪ ਦੇਖਤੇ ਜਾਏ ਕਿ ਹਮ ਕੈਸੇ ਮੁੰਜੀ ਲਗਾਤੇ ਹੈ। ਵੀਡੀਓ ਬਣਾਈ, ਵੀਡੀਓ ਬਣਾਉਣ ਤੋਂ ਬਾਅਦ ਰੱਦੇ ਅਮਲ ਤੌਰ ਜਿਹੜੇ ਮੈਸੇਜ ਆਏ ਉਹ ਮੇਰੇ ਕੁਛ ਵਿੱਚ ਜਾਣਨ ਵਾਲੇ ਦੋਸਤ ਵੀਰਾ ਉਹਨਾਂ ਦੇ ਵੀ ਆ ਗਏ ਵੀ ਕੀ ਹੋਇਆ ਰਾਏ ਸਾਹਿਬ। ਹੁਣ ਜਿਹਨੂੰ ਮੈਨਸ਼ਨ ਕਰਕੇ ਗੱਲ ਕੀਤੀ ਆਈ ਉਸ ਬੰਦੇ ਤੱਕ ਤਾਂ ਹਾਲੇ ਤੱਕ ਵਾਇਸ ਅਪੜੀ ਨਹੀਂ, ਵੀਡੀਓ ਅਪੜੀ ਨਹੀਂ, ਜਾਂ ਅਪੜੀ ਹੈ ਤਾਂ ਉਸ ਜਵਾਬ ਨਹੀਂ ਦਿੱਤਾ। ਅਤੇ ਜਿਨ੍ਹਾਂ ਨੂੰ ਗੱਲ ਨਹੀਂ ਕੀਤੀ ਆਈ ਉਹ ਐਵੇਂ ਪੁੱਛਣ ਲੱਗ ਪਏ ਭਾਈ ਕੀ ਹੋਇਆ ਕੀ ਗੱਲ ਹੈ। ਇਸ ਵਜ੍ਹਾ ਤੋਂ ਸਾਰੇ ਬਾਈ ਜਿਹੜੇ ਨੇ ਜਿਨ੍ਹਾਂ ਮੈਸੇਜ ਕੀਤੇ ਨੇ ਜਾਂ ਜਿਨ੍ਹਾਂ ਵੀਡੀਓ ਵੇਖੀ ਆ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵੀਡੀਓ ਤੁਹਾਡੇ ਵਾਸਤੇ ਨਹੀਂ ਬਣਾਈ, ਇਹ ਵੀਡੀਓ ਉਹਨਾਂ ਬੰਦਿਆਂ ਵਾਸਤੇ ਬਣਾਈ ਹੈ ਜਿਨ੍ਹਾਂ ਬੰਦਿਆਂ ਵਟਸਐਪ 'ਤੇ ਮੈਸੇਜ ਕੀਤੇ ਆ। ਅਤੇ ਬਾਕੀ ਅੱਲਾ ਖੈਰ ਰੱਖੀ, ਕੋਈ ਨਹੀਂ, ਇੱਥੇ ਬਣਨੇ ਆ ਉਹ ਵੀ ਇੱਥੇ ਬਣਦੇ ਨੇ ਅਤੇ ਅਸੀਂ ਵੀ ਇੱਥੇ ਬਣਨੇ ਹਾਂ। ਅਤੇ ਹੋਰ ਦੋਸਤੋ ਸੁਣਾਓ ਤੁਸੀਂ ਕੀ ਹਾਲ ਚਾਲ ਨੇ, ਕੀ ਹਾਲ ਹਾਲਾਤ ਨੇ। ਆ ਪੀਟਰ ਚੱਲਿਆ ਆਇਆ ਮੇਰੇ ਗਵਾਡ, ਆਵਾਜ਼ ਤੁਸੀਂ ਪੀਟਰ ਦੀ ਸੁਣਦੇ ਪਏ ਹੋ। ਅਸਲ ਵਿੱਚ ਮੁੰਜੀਆਂ ਦੜਾ ਦੜ ਲੱਗਦੀਆਂ ਪਈਆਂ ਨੇ ਅਤੇ ਇਸ ਵਜ੍ਹਾ ਤੋਂ ਹਰ ਪਾਸੇ ਫਿਰ ਲੋਕਾਂ ਨੇ ਕਿਧਰੇ ਬਿਜਲੀ ਵਾਲੀਆਂ ਮੋਟਰਾਂ ਚਲਾਈਆਂ ਹੋਈਆਂ ਨੇ ਅਤੇ ਜਿਨ੍ਹਾਂ ਕੋਲ ਉਹ ਸਬਾਬ ਨਹੀਂ ਨੇ ਉਹਨਾਂ ਫਿਰ ਪੀਟਰ ਚਲਾਏ ਹੋਏ ਨੇ ਡੀਜ਼ਲ 'ਤੇ। ਅਤੇ ਮੁੰਜੀ ਬਹੁਤ ਹੀ ਜ਼ਿਆਦਾ ਲੱਗਦੀ ਪਈ ਹੈ, ਕਾਸ਼ਤ ਆਉਂਦੀ ਪਈ ਹੈ ਅਤੇ ਮੰਦਾ ਬੜਾ ਜ਼ਿਆਦਾ ਹੋ ਗਿਆ ਮੁੰਜੀ ਦਾ ਸਟਾਰਟ, ਕਿਉਂਕਿ ਜਿਹੜਾ ਹੈ ਮੰਡੀ ਵਿੱਚ ਅਗੇਤੀ ਮੁੰਜੀ ਆ ਗਈ ਹੈ ਹਾਈਬ੍ਰਿਡ ਔਰ 1509 ਸੁਪਰ ਈਰੀਫੈਨ ਹਾਈਬ੍ਰਿਡ ਔਰ ਸੁਪਰ ਕੈਨਾਤ, ਮਤਲਬ ਅਗੇਤੀਆਂ ਜਿਨ੍ਹਾਂ ਲੋਕਾਂ ਨੇ ਕਾਸ਼ਤ ਕੀਤੀਆਂ ਉਹ ਲੈ ਕੇ ਆ ਗਏ ਨੇ ਅਤੇ ਜਿਹੜਾ ਰੇਟ ਹੈ ਉਹ ਅੱਗੇ ਨਾਲੋਂ ਥੱਲੇ ਹਜ਼ਾਰ ਰੁਪਈਆ ਸਾਰਿਆਂ ਦਾ। ਮਤਲਬ ਇਹ ਹੈ ਕਿ ਲੱਗ ਰਿਹਾ ਹੈ ਮੁੰਜੀ ਦੇ ਹਾਲਾਤ ਵੀ ਕਿ ਬੜੇ ਬੁਰੇ ਹੋਣੇ ਨੇ, ਬੜੇ ਲਿੱਤਰ ਪਾਉਣੇ ਨੇ, ਕਿਉਂਕਿ ਜਿਹੜੀਆਂ ਪਿਛੇਤੀਆਂ ਕਾਸ਼ਤਾਂ ਨੇ ਉਹ ਹਾਲੇ ਤੱਕ ਹੁਣ ਹੋ ਰਹੀਆਂ ਨੇ ਬਹੁਤ ਹੀ ਜ਼ਿਆਦਾ। ਅਤੇ ਸਾਡੇ ਆਮ ਤੌਰ ਮੁੰਜੀ ਸਾਵਣ ਦੇ ਮਹੀਨੇ ਵਿੱਚ, ਮਤਲਬ ਪੰਜਾਬੀ ਹੁਣ ਸਾਵਣ ਦਾ ਮਹੀਨਾ, ਸਾਵਣ ਦੇ ਮਹੀਨੇ ਵਿੱਚ ਕਾਸ਼ਤ ਹੁੰਦੀ ਹੈ ਬਹੁਤ ਜ਼ਿਆਦਾ। ਅਤੇ ਹੁਣ ਕਾਸ਼ਤ ਹੋ ਰਹੀ ਹੈ, ਵੇਹਨੇ ਆ ਕੀ ਸੁਰਤ ਹਾਲ ਬਣਦੀ ਹੈ, ਸੁਰਤ ਹਾਲ ਵੈਸੇ ਨਜ਼ਰ ਆ ਰਹੀ ਹੈ ਜਿਹੜੀ ਬਣਦੀ ਪਈ ਹੈ, ਕਿਉਂਕਿ ਕਿਸਾਨ ਵਿਚਾਰੇ ਲੜ ਹਮੇਸ਼ਾ ਕੋਈ ਇੱਕ ਦੋ ਸਾਲ ਪਿੱਛੇ ਚੰਗੇ ਲੱਗੇ ਨੇ ਅਤੇ ਉਕਾਤੂ ਬਾਹਰ ਹੋ ਗਏ ਕਿਸਾਨ। ਮੈਂ ਵੀ ਯਾਰ ਕਿਸਾਨ ਹਾਂ, ਗੁੱਸਾ ਨਹੀਂ ਕਰਨਾ ਸਾਰਿਆਂ। ਅਤੇ ਹੁਣ ਜਿਹੜਾ ਹੈ ਸੁਰਤ ਹਾਲ ਬੜੀ ਟਫ ਬਣੀ ਖਲੋਤੀ ਹੈ। ਉਕਾਤੂ ਬਾਹਰ ਵਾਲਾ ਲਫਜ਼ ਅਸਲ ਇਸ ਪਰ ਇਸਤੇਮਾਲ ਕੀਤਾ ਹੈ ਕਿ ਹਾਣ ਵਿੱਚ ਕੁਛ ਬੰਦੇ ਜਿਨ੍ਹਾਂ ਨੂੰ ਮਤਲਬ ਇਨਕਮ ਬਹੁਤ ਹੀ ਹੋ ਗਈ
ਅਤੇ ਉਹਨਾਂ ਨੇ ਜ਼ਮੀਨਾਂ ਦੇ ਠੇਕੇ ਚੜਾ ਦਿੱਤੇ ਬਹੁਤ ਹੀ ਜ਼ਿਆਦਾ। ਹਾਲਾਂਕਿ ਠੇਕੇ ਨੋਰਮਲ ਰੂਟੀਨ ਲਾ ਚੜਾਉਣੇ ਚਾਹੀਦੇ ਹਨ। ਉਹ ਜਿੱਥੇ ਠੇਕੇ ਜ਼ਮੀਨਾਂ ਦੇ 60-70 ਹਜ਼ਾਰ 80 ਹਜ਼ਾਰ ਮਤਲਬ ਸਾਡੇ ਕੋਲ ਚੱਲਦਾ, ਉਹਨਾਂ ਨੇ ਲੱਖ ਲੱਖ ਕਰ ਦਿੱਤਾ, ਲੱਖ ਤੋਂ ਉੱਤੇ ਕਰ ਦਿੱਤੇ, ਕਿਉਂਕਿ ਰੇਟ ਬੜੇ ਬਣੇ ਹਨ। ਹੁਣ ਖੈਰ ਫਿਰ ਜਿਵੇਂ ਹਾਲਾਤ ਬਣੇ ਨੇ, ਫਿਰ ਉਮੀਦ ਹੈ ਪਿੱਛੇ ਨੂੰ ਆ ਜਾਵੇਗੀ ਸੁਰਤ ਹਾਲ, ਪੁਰਾਣੀ ਰੂਟੀਨ 'ਤੇ ਆ ਜਾਵੇਗੀ ਸੁਰਤ ਹਾਲ। ਪੂੰਜੀ ਵਾਲਾ ਪ੍ਰੋਗਰਾਮ ਤਾਂ ਵੜ ਗਿਆ ਹੈ, ਜਿਵੇਂ ਪਹਿਲੇ ਪ੍ਰੋਗਰਾਮ ਵੜ ਗਿਆ ਕਣਕ ਦਾ, ਮੱਕੀ ਦਾ, ਕਿਉਂਕਿ ਰੇਟ ਬੜਾ ਥੱਲੇ ਆ ਗਿਆ ਅਤੇ ਹਾਲੇ ਤੱਕ ਆਮ ਜਿਹੜੀ ਹੈ ਮੁੰਜੀ ਦੀ ਜਿਹੜੀ ਆ ਰੂਟੀਨ ਨਹੀਂ ਬਣੀ ਮੰਡੀ ਵਿੱਚ, ਆਮ ਮੰਡੀ ਵਿੱਚ ਮੱਕੀ ਆਮ ਮੰਡੀ ਵਿੱਚ ਨਹੀਂ ਗਈ ਹਾਲੇ ਤੱਕ ਮੁੰਜੀ। ਜਦੋਂ ਆਮ ਹੋਣੀ ਹੈ ਉਦੋਂ ਰੇਟ ਹੋਰ ਥੱਲੇ ਹੋ ਜਾਣਾ ਕੋਈ 400-500। ਇੰਝ ਹੀ ਸਮਝੋ ਜਿਵੇਂ ਪ੍ਰੋਗਰਾਮ ਮੁੰਜੀ ਦਾ ਵੜ ਗਿਆ। ਬਾਕੀ ਅੱਲਾਹ ਦੇ ਸੁਪਰਦੇ ਜੋ ਵੀ ਹਾਲਾਤ ਨੇ ਚੱਲਦੇ ਹੀ ਪੈਣੇ ਫਿਰ ਕਿਸਾਨਾਂ ਵਿਚਾਰਿਆਂ ਨਾਲ, ਜ਼ਿਮੀਦਾਰਾਂ ਨਾਲ। ਬੱਚੇ ਅਮਰੂਦ ਪੱਟਦੇ ਪਏ ਨੇ ਕੱਚੇ ਵੀ ਅਤੇ ਪੱਕੇ ਵੀ, ਹਾਲਾਂਕਿ ਅਮਰੂਦ ਹਾਲੇ ਤੱਕ ਪੱਕੇ ਕੋਈ ਨਹੀਂ, ਪੱਟਦੇ ਕੱਚੇ ਹੀ ਪਏ ਨੇ। ਕੋਈ ਇੱਕ ਅੱਧਾ ਅਮਰੂਦ ਪੱਕਾ ਹੈ ਅਤੇ ਉਹ ਪੱਟ ਲੈਂਦੇ ਨੇ ਅਤੇ ਨਾਲ ਦੋ ਤਰ੍ਹਾਂ ਕੱਚੇ ਵੀ ਪੱਟ ਲੈਂਦੇ ਨੇ, ਬੂਟੇ ਦੇ ਉੱਤੇ ਚੜੇ ਖੜੋਤੇ ਨੇ। ਦਲੀਬ ਅਹਿਮਦ ਅਤੇ ਅਨਸ ਹੋਰ ਕਿਹੜਾ ਰਹਿਣ ਲਟਕਿਆ ਖਲੋਤਾ ਬਾਂਦਰ ਤਰ੍ਹਾਂ, ਅਹਿਮਦ ਉਹ ਬਾਹਰਲੇ ਪਾਸੇ ਖਲੋਤਾ ਅਮਰੂਦ ਉਹ ਪੱਟਦੇ। ਠੰਡੀ ਠੰਡੀ ਹਵਾ ਚੱਲੀ ਹੋਈ, ਮੌਸਮ ਬੜਾ ਜ਼ਬਰਦਸਤ ਹੋਇਆ, ਹੁਣ ਤਾਂ ਬਾਰਿਸ਼ ਹਾਲਾਂਕਿ ਨਹੀਂ ਆ ਰਹੀ ਵਾਹਵਾ ਦਿਨਾਂ 'ਤੇ ਸਾਡੇ ਕੋਲ, ਲੇਕਿਨ ਇਹ ਹੈ ਕਿ ਹੁਣ ਨਾ ਮੌਸਮ ਠੰਡਾ ਹੈ ਅਤੇ ਬੱਦਲ ਬੁੱਦਲ ਵੀ ਆਉਣ, ਉਮੀਦ ਕਰਨੇ ਹੈ ਕਿ ਬਾਰਿਸ਼ ਮੌਸਮ ਆ ਜਾਵੇ।